ਸਿੰਘ ਜੀ ਹੁਣ ਆਪਾਂ ਪਹਿਲਾ ਸ਼ਬਦ ਜਿਹੜਾ ਗਾਇਨ ਕਰਾਂਗੇ ਉਹ ਸ਼ਬਦ ਪੱਟਾਂ ਦੇ ਸਵਈਆਂ ਦੇ ਵਿੱਚੋਂ ਹੈ। ਪੱਟ ਸਾਹਿਬਾਨ ਐਉਂ ਬੇਨਤੀ ਕਰਦੇ ਹਨ, ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਚਾਹੇ ਉਹ ਅੰਦਰੂਨੀ ਬਖਸ਼ਾਂ ਦੀਆਂ ਬਾਤਾਂ ਹੋਣ, ਚਾਹੇ ਕੋਈ ਬਾਹਰਲੀਆਂ ਦੁਨਿਆਵੀ ਚੀਜ਼ਾਂ ਹੋਣ, ਜੋ ਵੀ ਕੁਝ ਸਾਨੂੰ ਪ੍ਰਾਪਤ ਹੁੰਦਾ ਸਾਧ ਸੰਗਤ ਜੀ ਸਦਕਾ ਗੁਰੂ ਸਾਹਿਬ ਦਾ ਹੀ ਹੈ। ਗੁਰੂ ਸਾਹਿਬ ਕਰਕੇ ਹਰੇਕ ਚੀਜ਼ ਸਾਡੀ ਝੋਲੀ ਵਿੱਚ ਪੈਂਦੀ ਹੈ। ਅੱਜ ਜਿਨ੍ਹਾਂ ਦਾ ਆਪਾਂ ਪੁਰਬ ਮਨਾ ਰਹੇ ਹਾਂ ਨਾ, ਇਸ ਮੁਲਕ ਦੇ ਉੱਤੇ ਬਹੁਤ ਵੱਡੀ ਦਾਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕਰਕੇ ਦਿੱਤੀ ਕਿ ਜੋ ਸਾਰਿਆਂ ਦਾ ਧਰਮ ਬਰਕਰਾਰ ਹਨ। ਨਹੀਂ ਤਾਂ ਇੱਕੋ ਹੀ ਧਰਮ ਹੋਣਾ ਹੀ, ਅੱਲਾਹੋ ਅੱਲਾਹੋ ਦੇ ਨਾਰੇ ਲੱਗਣੇ ਸੀ। ਇੱਥੇ ਕੋਈ ਕਿਸੇ ਨੇ ਰਾਮ ਨਹੀਂ ਕਹਿਣਾ ਸੀ, ਕੋਈ ਕਿਸੇ ਨੇ ਕ੍ਰਿਸ਼ਨ ਜੀ ਨਹੀਂ ਕਹਿਣਾ ਸੀ, ਕੋਈ ਕਿਸੇ ਨੇ ਹੋਰ ਧਰਮ ਦੀ ਗੱਲ ਨਹੀਂ ਸੀ ਕਰਨ ਦੇਣਾ। ਪਰ ਇਹ ਜੇ ਕੁਛ ਸਾਰਾ ਕੁਝ ਬਚਿਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਰਕੇ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਭਾਵਨਾ ਕਰਕੇ ਮੈਂ ਇਹ ਸ਼ਬਦ ਪੜ੍ਹਨ ਲੱਗਾ ਕਿ ਗੁਰੂ ਸਾਹਿਬ ਜੀ ਤੁਹਾਡੇ ਕਰਕੇ ਅੱਜ ਇਸ ਮੁਲਕ ਦਾ ਨਾਮ ਭਾਰਤ ਹੈ, ਹਿੰਦੁਸਤਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਨਹੀਂ ਤੇ ਪਤਾ ਨਹੀਂ ਨਾ ਹੀ ਕੀ ਹੋਣਾ ਸੀ, ਇਹ ਤੁਹਾਡਾ ਕਰਕੇ ਸਾਰਾ ਕੁਛ ਇੱਥੇ ਬਚਿਆ। ਤੇ ਅੱਜ ਆਪਾਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ। ਆਓ ਪਿਆਰ ਸਾਹਿਬ ਇਸ ਸ਼ਬਦ ਦਾ ਗਾਇਨ ਆਪ ਜੀ ਸਰਵਨ ਕਰੋ। ਸੇਵਕ ਕਾ ਹਰ ਪੂਰ ਜੋਗ
सदका